ਤੇ ਹੱਥ ਕੇ ਅਸੀਂ ਇਹਨਾਂ ਨੂੰ ਸਟੇਜ ਤੇ ਖੜੇ ਕਰੀਏ। ਤੁਸੀਂ ਤਾਂ ਜਿਵੇਂ ਸੋਈ ਗਏ ਹੋ, ਅਗਰ ਬੇਦਾਰ ਹੋ ਤੇ ਆਪਣੇ ਦੋਨੇ ਹੱਥ ਖੜੇ ਕਰਕੇ ਕੋ ਸੁਭਾਨ ਅੱਲਾਹ ਇੱਕ ਮਰਤਬਾ ਫਿਰ ਹਾਲ ਗੂੰਜਣਾ ਚਾਹੀਦਾ, ਸੁਭਾਨ ਅੱਲਾਹ। ਹੁਣ ਮੈਂ 2 ਮਿੰਟ ਲਈ ਦਾਵਤ ਦਿਆਂਗਾ ਹਜ਼ਰਤ ਅਲਾਮਾ ਜ਼ਾਦ ਇਮਰਾਨ ਹਕਾਨੀ ਸਾਹਿਬ ਦੇ ਬੇਟੇ ਅਬੈਦੁਰਮਾਨ ਹਕਾਨੀ ਨੂੰ, ਉਹ ਆਨ ਉਹਨਾਂ ਤੇ ਰਸੂਲ ਮਕਬੂਲ ਸਲਮ ਸੁਣਾਉਣ। ਉਸ ਤੋਂ ਬਾਅਦ ਹਾਫਿਜ਼ ਮੁਆਦ ਕੋਸਰ ਸਾਹਿਬ ਇਨਸ਼ਾਅੱਲਾ ਉਹਨਾਂ ਤੇ ਰਸੂਲ ਮਕਬੂਲ ਸੁਣਾਉਣਗੇ, ਔਰ ਉਸ ਤੋਂ ਬਾਅਦ ਮੁਖਤਸਰ ਸਾਹਿਬ ਹੋਏਗਾ ਜਨਾਬ ਹਾਫਿਜ਼ ਜ਼ੁਬੈਰ ਹੈਦਰ ਸਾਹਿਬ ਦਾ, ਔਰ ਉਸ ਤੋਂ ਬਾਅਦ ਇਨਸ਼ਾਅੱਲਾ ਰਹਿਮਾਨ ਖਸੂਸੀ ਖਿਤਾਬ ਹੋਏਗਾ ਹਜ਼ਰਤ ਮੌਲਾਨਾ ਰਾਣਾ ਹਾਫਿਜ਼ ਮੁਹੰਮਦ ਅਸਲਮ ਜ਼ਹੀਰ ਸਾਹਿਬ, ਜਿਨ੍ਹਾਂ ਨੂੰ ਤੁਸੀਂ ਪ੍ਰੋਗਰਾਮਾਂ ਦੇ ਡਿਪੂ ਦੇ ਨਾਮ ਤੋਂ ਜਾਣਦੇ ਹੋ। ਇਨਸ਼ਾਅੱਲਾ ਉਹਨਾਂ ਦਾ ਖਸੂਸੀ ਖਿਤਾਬ ਹੋਏਗਾ। ਉਹ ਤਸ਼ਰੀਫ ਲਿਆਉਂਦੇ ਨੇ ਅਬੈਦੁਰ ਰਹਿਮਾਨ ਹਕਾਨੀ ਸਾਹਿਬ। ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਮੈਂ ਨਾਤ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਕੇ ਚੰਦ ਅਸ਼ਾਦ ਆਪਕੇ ਸਾਹਮਣੇ ਪੇਸ਼ ਕਰੂੰਗਾ। ਅਗਰ ਜੁਮਲੇ ਅੱਛੇ ਲਗੇ ਤੋ ਦਰਮਿਆਨ ਮੇਂ ਸੁਭਾਨਲਾ ਕਹੇਂਗੇ, ਔਰ ਆਪਕੋ ਆਪਣੀ ਬੇਦਾਰੀ ਕਾ ਸਬੂਤ ਹੈ, ਬੇਦਾਰ ਹੈ ਇਨਸ਼ਾਅੱਲਾ। ਅਗਰ ਬੇਦਾਰ ਹੈ ਤੋ ਆਪਣਾ ਦਾਇਆ ਹੱਥ ਖੜਾ ਕਰਕੇ ਕਹੇ ਅੱਲਾਹੁ ਅਕਬਰ। ਆਵਾਜ਼ ਨਹੀਂ ਆਈ ਹੈ ਕਿ ਆਵਾਜ਼ ਜਾਣੀ ਚਾਹੀਏ ਇੰਡੀਆ ਕੇ ਬਾਰਡਰ ਤੱਕ ਕਿ ਇੰਡੀਆ ਵਾਲੋਂ ਕੋ ਪਤਾ ਚਲੇ ਕਿ ਯਹਾਂ ਪਰ ਜਲਸਾ ਹੋ ਰਿਹਾ ਹੈ। ਹੁਕਾਂ ਤੋਂ ਹੱਥ ਕਰਕੇ ਕਹੋ ਅੱਲਾਹੁ ਅਕਬਰ। ਕੁਰਾਨ ਖੁਦਾ ਦੀ ਕੁਦਰਤ ਦਾ ਕੈਸਾਨ ਮੌਲ ਖਜ਼ਾਨਾ ਏ। ਕੁਰਾਨ ਖੁਦਾ ਦੀ ਕੁਦਰਤ ਦਾ ਕੈਸਾਨ ਮੌਲ ਖਜ਼ਾਨਾ ਏ। ਹੋਇਆ ਨਾਜ਼ਿਲ ਕਮਲੀ ਵਾਲੇ ਤੇ ਜੋ ਨਬੀਆਂ ਗਾਨਾਏ। ਜਿਬਰੀਲ ਕੁਰਾਨ ਲਿਆਂਦੇ ਰਹੇ, ਗਾਰਾਂ ਵਿੱਚ ਆ ਕੇ ਪੜਾਂਦੇ ਰਹੇ। ਜਿਬਰੀਲ ਕੁਰਾਨ ਲਿਆਂਦੇ ਰਹੇ, ਗਾਰਾਂ ਵਿੱਚ ਆ ਕੇ ਪੜਾਂਦੇ ਰਹੇ। ਮੈਂ ਪੜਿਆ ਨਹੀਂ ਗਿਆ ਪੇ ਸਲਾਮ ਅਲੈਕੁਮ।